फर्स्ट बिगनिंग ऑफ द लाइफ। हेलो व्यूअर्स, ਤੁਹਾਡਾ ਆਪਣੇ ਚੈਨਲ 'ਤੇ ਵੈਲਕਮ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਸਾਰੇ ਠੀਕ ਠਾਕ ਹੋਵੋਗੇ। ਜਿੱਦਾਂ ਕਿ ਤੁਸੀਂ ਦੇਖਦੇ ਹਾਂ ਕਿ ਇੱਕ ਗਾਂ ਬੱਚਾ ਸਾਡੀ ਦੇ ਰਹੀ ਹੈ। ਪਹਿਲਾ ਵਾਟਰ ਬੈਗ ਤੋਂ ਬਾਅਦ ਦੂਸਰਾ ਵਾਟਰ ਬੈਗ ਆਇਆ ਹੋਇਆ, ਬੱਚੇ ਦੀਆਂ ਲੱਤਾਂ ਅਤੇ ਮੂੰਹ ਉਹਦਾ ਬਾਹਰ ਆਇਆ ਹੋਇਆ ਵਾ ਗਾਂ ਦੀ ਸਾਰ ਤੋਂ। ਚੈਨਲ 'ਤੇ ਅਕਸਰ ਤਾਂ ਵੀਡੀਓ ਇੰਗਲਿਸ਼ 'ਚ ਪਾਉਂਦੇ ਹਾਂ ਅਤੇ ਇੰਗਲਿਸ਼ ਦੇ ਵਿੱਚ ਵੀਡੀਓ ਲਾਈ ਦੀਆਂ ਅਤੇ ਫਿਰ ਆਪਣੇ ਪੰਜਾਬੀ ਇੰਡੀਅਨ ਪੰਜਾਬੀ ਭਰਾਵਾਂ ਵਾਸਤੇ ਅਤੇ ਨਾਲੇ ਪਾਕਿਸਤਾਨੀ ਜੁੜੇ ਹੋਏ ਨੇ ਕਾਫੀ ਸਾਰੇ, ਉਹਨਾਂ ਵਾਸਤੇ ਫਿਰ ਪੰਜਾਬੀ ਦੇ ਵਿੱਚ ਵੀ ਵੀਡੀਓ ਪਾਈ ਦੀ ਆ ਅਤੇ ਬਹੁਤ ਵਧੀਆ ਲੱਗਦਾ। ਬਹੁਤ ਸਾਰੇ ਭਰਾ ਜੁੜੇ ਹੋਏ ਨੇ। ਇਹ ਊਂ ਤਾਂ ਇੱਕ ਪੰਜਾਬੀਆਂ ਵਾਸਤੇ ਤਾਂ ਬੜਾ ਸੋਹਣਾ ਵਧੀਆ ਨਜ਼ਾਰਾ ਵਾ, ਇਹ ਬੜਾ ਖੁਸ਼ੀ ਦਾ ਮਾਮਲਾਤ ਹੁੰਦੇ ਆ ਆਹ ਗਾਂ ਦੇ ਬੱਚਾ ਦੇਣ ਦਾ ਪ੍ਰੋਸੈਸ ਅਤੇ ਗਾਂ ਦੇ ਬੱਚੇ ਦੇਣ ਦੀ, ਬੱਚਾ ਨਵਾਂ ਆਉਣ ਦੀ ਖੁਸ਼ੀ। ਲੇਕਿਨ ਵੱਡੇ ਫਾਰਮਾਂ 'ਤੇ ਇਹ ਜਿੱਦਾਂ ਤੁਸੀਂ ਪਹਿਲੇ ਦੇਖ ਕੇ ਹਟੇ ਹੈ, ਇੱਕ ਗਾਂ ਬੱਚਾ ਪਰੇ ਦੇ ਕੇ ਬੈਠੀ ਹੈ, ਇੱਕ ਆਹ ਉਰੇ ਗਾਂ ਬੱਚਾ ਦੇ ਰਹੀ ਹੈ। ਇਹ ਇੱਕ ਰੂਟੀਨ ਆਮ ਨਾਰਮਲ ਗੱਲ ਹੁੰਦੀ ਹੈ। ਅਤੇ ਅੱਛਾ, ਹੁਣ ਆਪਾਂ ਡਿਸਕਸ ਕਰਦੇ ਹਾਂ ਕੁਛ ਵਧੀਆ ਜੀ ਇਨਫੋਰਮੇਸ਼ਨ, ਤੁਸੀਂ ਜੁੜੇ ਰਹਿਣਾ ਨਾਲ। ਉਹ ਇਹ ਹੈ ਕਿ ਬੱਚਾ ਦੇਣ ਦਾ ਗਾਂ ਦਾ ਪ੍ਰੋਸੈਸ ਕਿੱਦਾਂ ਕਿੱਦਾਂ ਹੁੰਦਾ ਵਾ, ਪਹਿਲਾਂ ਵੀ ਦੱਸਦੇ ਰਹਿੰਦੇ ਹਾਂ ਲੇਕਿਨ ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਥੋੜ੍ਹਾ ਹੋਰ ਵਜਾਹਤ ਨਾਲ ਦੱਸਦੇ ਹਾਂ। ਗਾਂ ਬੱਚਾ ਦੇਣ ਦੇ ਅਮਲ ਤੋਂ ਪਹਿਲਾਂ ਜਿਹਨੂੰ ਇੰਗਲਿਸ਼ 'ਚ ਕਹਿੰਦੇ ਹਾਂ ਲੇਬਰ ਪੇਨ ਹੁੰਦੀ ਆ, ਦਰਦਾਂ ਹੁੰਦੀਆਂ ਗਾਂ ਨੂੰ ਕਰਨ 'ਚ। ਦਰਦਾਂ ਹੋਣ ਜਦੋਂ ਸ਼ੁਰੂ ਹੋ ਜਾਣ, ਗਾਂ ਖਾਣਾ ਪੀਣਾ ਘੱਟ ਕਰ ਦਿੰਦੀ ਆ, ਜਗਾਲੀ ਘੱਟ ਕਰਦੀ ਆ, ਕਦੀ ਬਹਿੰਦੀ ਆ ਉੱਠਦੀ ਆ, ਉਸ ਟਾਈਮ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਗਾਂ ਬੱਚਾ ਦੇਣ ਦੇ ਕਰੀਬ ਕਰੀਬ ਹੋਈ ਆ, ਅਤੇ ਉਹਦੇ ਉੱਤੇ ਨਜ਼ਰ ਰੱਖਣੀ ਆ। ਕੀ ਹੁੰਦਾ ਕਿ ਜਦੋਂ ਗਾਂ ਬੈਠੇਗੀ, ਪਹਿਲਾਂ ਇੱਕ ਵਾਟਰ ਬੈਗ ਆਉਂਦਾ ਪਾਣੀ, ਜਿਹਦੇ ਵਿੱਚ ਹੁੰਦਾ ਮਤਰਾਕਾ ਵੀ ਕਹਿੰਦੇ ਹਾਂ ਉਹਨੂੰ ਆਪਣਾ ਪੰਜਾਬੀ ਜ਼ੁਬਾਨ ਦੇ ਵਿੱਚ, ਉਹ ਆਊਗਾ। ਅਤੇ ਉਹਦੇ ਤੋਂ ਬਾਅਦ ਤੁਸੀਂ ਦੇਖ ਲੈਣਾ ਕਿ ਜਿਹੜੀ ਗਾਂ ਪਹਿਲਣ ਹੋਵੇ ਉਹਦੇ ਵਿੱਚ ਇਹ ਆ ਕਿ ਇੱਕ ਘੰਟਾ ਵੀ, ਡੇਢ ਘੰਟਾ ਵੀ ਲੱਗ ਸਕਦਾ ਪਹਿਲਾ ਵਾਟਰ ਬੈਗ ਆਇਆ ਹੋਵੇ। ਉਸ ਤੋਂ ਬਾਅਦ ਗਾਂ ਦਾ ਬੱਚੇ ਦਾ ਮੂੰਹ ਅਤੇ ਲੱਤਾਂ ਬਾਹਰ ਆਉਣ ਦੇ ਵਿੱਚ ਜਿਹੜੀ ਨਾਰਮਲ ਪੋਜੀਸ਼ਨ ਹੁੰਦੀ ਆ, ਨਾਰਮਲ ਪੋਜੀਸ਼ਨ 'ਤੇ ਵੀ ਬਾਅਦ 'ਚ ਗੱਲ ਕਰਦੇ ਹਾਂ, ਲੇਕਿਨ ਪਹਿਲੇ ਥੋੜ੍ਹੀਆਂ ਜਿਹੀਆਂ ਅਲਾਮਤ ਡਿਸਕਸ ਕਰਦੇ ਹਾਂ ਕਿ ਕਿੱਦਾਂ ਕਿੱਦਾਂ ਬੱਚਾ ਦੇਣ ਦਾ ਅਮਲ ਹੁੰਦਾ ਗਾਂ ਦਾ। ਗਾਂ ਸੋਹਣੀ ਵਧੀਆ ਤਿਆਰ ਹੋਈ ਆ ਮਾਸ਼ਾਅੱਲਾ। ਗਾਂ ਪਹਿਲੀ ਵਾਰੀ ਜੀ ਬੱਚਾ ਦੇ ਰਹੀ ਹੋਵੇ, ਪਹਿਲਣ ਹੋਵੇ ਤਾਂ ਡੇਢ ਘੰਟਾ ਦੋ ਘੰਟੇ ਵੀ ਲੱਗ ਸਕਦੇ ਆ, ਜਿੱਦਾਂ ਕਿ ਦੱਸਿਆ ਵਾ ਡੇਢ ਘੰਟਾ ਘੰਟੇ ਦੇ ਵਿੱਚ ਦੂਸਰਾ ਬੱਚੇ ਦਾ ਅਮਲ ਸ਼ੁਰੂ ਹੋ ਜਾਂਦਾ ਵਾਟਰ ਬੈਗ ਆਉਣ ਤੋਂ ਬਾਅਦ। ਜੇ ਤਾਂ ਪੂਰੀ ਵੱਡੀ ਗਾਂ ਵਾ, ਜਿੱਦਾਂ ਕਿ ਆਹ ਗਾਂ ਵਾ ਜਿਹੜੇ ਪਹਿਲੇ ਵੀ ਇੱਕ ਦੋ ਸੂਏ ਦਿੱਤੇ ਹੋਣ, ਉਹਦੇ ਵਿੱਚ ਇਹ ਆ ਕਿ ਪਹਿਲਾ ਵਾਟਰ ਬੈਗ ਆਉਣ ਤੋਂ ਬਾਅਦ ਤੁਸੀਂ ਦੇਖਦੇ ਹਾਂ ਕਿ ਐਵੇਂ ਅੱਧੇ ਘੰਟੇ ਦੇ ਵਿੱਚ, ਪੌਣੇ ਘੰਟੇ ਦੇ ਵਿੱਚ ਗਾਂ ਬੱਚੇ ਦਾ ਅਮਲ ਸ਼ੁਰੂ ਕਰ ਲੈਂਦੀ ਆ। ਇਹ ਇੱਕ ਨਾਰਮਲ ਰੂਟੀਨ ਆ। ਅਤੇ ਬੱਚੇ ਦੀ ਪੋਜੀਸ਼ਨ ਕਿੱਦਾਂ ਹੁੰਦੀ ਹੈ ਕਿ ਦੋ ਲੱਤਾਂ, ਜਿੱਦਾਂ ਤਾਂ ਸਾਰੇ ਪੰਜਾਬੀ ਭਰਾਵਾਂ ਨੂੰ ਤਾਂ ਬੜੀ ਚੰਗੀ ਤਰ੍ਹਾਂ ਮਲੂਮ ਆ, ਬਸ ਇਹ ਆ ਕਿ ਇੱਕ ਵਧੀਆ ਅਮਲ ਆ ਜਿਹੜਾ ਤੁਹਾਨੂੰ ਦਿਖਾਉਂਦੇ ਫਿਰਦੇ ਹਾਂ। ਜ਼ਿਆਦਾ ਦਰਦਾਂ ਹੁੰਦੀਆਂ ਵਾ। ਅੱਛਾ, ਇਸ ਪੋਜੀਸ਼ਨ ਦੇ ਵਿੱਚ ਜਦੋਂ ਹੋਵੇ ਗਾਂ ਆਪਣਾ ਪੂਰਾ ਜ਼ੋਰ ਲਾ ਰਹੀ ਹੈ, ਤੁਸੀਂ ਜਿੱਦਾਂ ਦੇਖਦੇ ਹਾਂ, ਇਹਦੇ ਵਿੱਚ ਇਹ ਨਹੀਂ ਕਰਨਾ, ਕੁਛ ਭਰਾ ਸਾਡੇ ਇੱਦਾਂ ਕਰਦੇ ਆ ਕਿ ਉਹ ਜ਼ੋਰ ਨਾ ਲਾ ਕੇ ਬੱਚਾ ਪਿੱਛੋਂ ਖਿੱਚਦੇ ਆ, ਜਾਂ ਹਾਲਾਂਕਿ ਗਾਂ ਜ਼ੋਰ ਲਾ ਰਹੀ ਹੈ, ਗਾਂ ਨੂੰ ਜ਼ੋਰ ਲਾ ਕੇ ਖੁਦ ਬੱਚਾ ਦੇਣਾ ਚਾਹੀਦਾ। ਤੁਹਾਡੇ ਸਾਹਮਣੇ ਵੀਡੀਓ ਚੱਲਦੀ ਹੈ, ਦੋ ਤਿੰਨ ਮਿੰਟ ਦੇ ਵਿੱਚ ਵਿੱਚ ਗਾਂ ਨੇ ਬੱਚਾ ਦੇ ਲੈਣਾ। ਜਦੋਂ ਤੁਸੀਂ ਬੱਚੇ ਨੂੰ ਫੜ ਕੇ ਖਿੱਚੋਗੇ ਨਾ ਬਾਹਰ, ਉਹਦੇ ਵਿੱਚ ਇਹ ਹੁੰਦਾ ਕਿ ਜ਼ਖਮ ਹੋ ਜਾਂਦੇ ਆ ਅੰਦਰ ਬੱਚੇ ਦਾਣੀ ਦੇ ਵਿੱਚ, ਜਿਹਨੂੰ ਕਹਿੰਦੇ ਆ, ਉਹ ਫਿਰ ਅਫੈਕਟ ਕਰਦੀ ਆ ਬਾਅਦ ਦੇ ਵਿੱਚ ਮਿਲਕਿੰਗ। ਉਹ ਇਹ ਕਿ ਪ੍ਰੋਡਕਸ਼ਨ ਜਿਹੜੀ ਆ ਉਹ ਘੱਟ ਜਾਂਦੀ ਆ। ਉਸ ਤੋਂ ਇਲਾਵਾ ਦੂਸਰੇ ਨੰਬਰ 'ਤੇ ਇਹ ਆ ਕਿ ਕੁਛ ਮੈਟਾਬੋਲਿਕ ਡਿਸਆਰਡਰ ਜਿਹਨਾਂ ਨੂੰ ਕਹਿੰਦੇ ਆ ਕਿ ਅਸੀਂ ਬਾਅਦ ਦੇ ਵਿੱਚ ਗਾਂ ਨੂੰ ਕੁਛ ਇਦਾਂ ਦੇ ਮਾਮਲਾਤ ਕਿ ਗਾਂ ਖਾਣਾ ਪੀਣਾ ਛੱਡ ਸਕਦੀ ਆ, ਔਫ ਫੀਡ ਹੋ ਜਾਂਦੀ ਆ, ਅਤੇ ਜੇਰ ਜਿਹਨੂੰ ਕਹਿੰਦੇ ਆ ਅਸੀਂ ਫਸ ਗਈ, ਜੇਰ ਅਟਕ ਗਈ, ਅਤੇ ਉਹ ਫਿਰ ਚੰਗੀ ਚੀਜ਼ ਨਹੀਂ ਹੁੰਦੀ ਗਾਂ ਵਾਸਤੇ, ਉਹਦੀ ਸਿਹਤ ਵਾਸਤੇ, ਹੈਲਥ ਵਾਸਤੇ। ਜਦੋਂ ਤੁਹਾਨੂੰ ਮਲੂਮ ਹੋ ਜਾਵੇ ਕਿ ਬੱਚਾ ਤਕਰੀਬਨ ਪੂਰਾ ਪੂਰਾ ਬਾਹਰ ਆ ਗਿਆ, ਵਾਟਰ ਬੈਗ ਖੋਲ੍ਹ ਦੇਣਾ ਚਾਹੀਦਾ, ਫਾੜ ਦੇਣਾ ਚਾਹੀਦਾ, ਵਾਟਰ ਬੈਗ ਖੋਲ੍ਹ ਦੇਣਾ ਚਾਹੀਦਾ ਤਾਂ ਕਿ ਬੱਚੇ ਦੇ ਮੂੰਹ 'ਚੋਂ ਜਾਂ ਅੰਦਰ ਲੰਗਜ਼ ਦੇ ਵਿੱਚ ਪਾਣੀ ਨਾ ਜਾਵੇ। ਅਤੇ ਗਾਂ ਦੇ ਨਾਲ ਬਸ ਹਲਕਾ ਜਿਹਾ
जोर ला के, जोर भी की लाना में फड़ के रखना कि बच्चे की पोजिशन सीधी रहे, बच्चा आपे बाहर आ जाना जिदा कि तुम हूँ देख रहे हैं। गां जोर ला रही है, रिलैक्स है गां। चलो जी जिंदाबाद। पहली चीज़ जी है वो तुसी बच्चे का मूँह साफ करना, अंदरों जाला जूला हो जड़ा वो बाहर आ जाता। मेल है तो इस अमल के यह है कि तुम आयोडीन लानी है जी नाफ कहने आप। सब तो ज़्यादा जरासीम जान का अंदर खतरा इस जगह तो होंगे बच्चे के, नौमलूर बच्चे के। बस ये करना वा कि तुम होर दो चार मिनट के अंदर अंदर गां उठा देनी है ताकि गां उठे बच्चे चट्टे चट्टे चुटन दे विच। यह है कि फिर बच्चे की जी ब्लड सर्कुलेशन आ, खून की गर्दिश आ, वह तेज़ हो जाती है, सही हो जाती है, फिर बच्चा नॉर्मल उठ के भज नसाई कर लग जाता है। तुसी बने रहे जुड़े रहे, ताड़ा बहुत शुक्रिया। कुछ इनफॉर्मेशन वधिया लगी है तो सानू दस्यो किदां दियां वीडियो होर लाइक करदे आ तुसी, फिर उस हिसाब नाल बनावांगे। अपना ख्याल रखियो, बाय बाय।